learn punjabi with jagjit sir ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੇਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਜੇਕਰ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਆਮੋਲੀ ਪੰਜਾਬੀ ਦੇ ਸਾਰੇ ਪਿਆਰਿਆਂ ਨੂੰ ਲਰਨ ਪੰਜਾਬੀ ਵਿਜੇਜੀਤ ਸਰ ਚੈਨਲ ਵੱਲੋਂ ਹਾਰਦਿਕ ਸ਼ੁਭਕਾਮਨਾਵਾਂ ਔਰ ਅਸੀਂ ਆਪ ਦਾ ਅੱਜ ਸਵਾਗਤ ਕਰਦੇ ਹਾਂ ਅੱਜ 9ਵੀਂ ਜਮਾਤ ਦੇ ਬੱਚਿਆਂ ਲਈ ਸਾਹਿਤ ਮਾਲਾ ਵਿੱਚੋਂ ਇੱਕ ਕਵਿਤਾ ਹੈ ਮਾਤਾ ਗੁਜਰੀ ਜੀ ਔਰ ਉਸ ਦੇ ਜੋ ਕਵੀ ਨੇ ਨੰਦ ਲਾਲ ਨੂਰਪੁਰੀ ਨੇ ਗੀਤ ਕਰਨੇ ਪੰਜਾਬੀ ਦੇ ਸਟੇਜੀ ਕਵੀ ਨੇ ਔਰ ਇਹਨਾਂ ਬਾਰੇ ਇਹਨਾਂ ਦੀਆਂ ਲਿਖੀਆਂ ਜੋ ਕਵਿਤਾਵਾਂ ਨੇ ਉਹ ਬੜੇ ਪੁਰਾਣੇ ਸਮੇਂ ਤੋਂ ਮੰਨੀਆਂ ਪਰਮੰਨੀਆਂ ਨੇ ਔਰ ਲੋਕ ਪਰਵਾਨ ਨੇ ਇਸ ਕਰਕੇ ਸਟੇਜਾਂ ਤੇ ਗਾਈਆਂ ਜਾਂਦੀਆਂ ਨੇ ਗੁਰਦੁਆਰਿਆਂ ਤੇ ਜੋ ਵਿਸ਼ੇਸ਼ ਸਮਾਗਮ ਨੇ ਉਹਨਾਂ ਤੇ ਗਾਈਆਂ ਜਾਂਦੀਆਂ ਨੇ ਵਿਸ਼ੇਸ਼ ਕਰ ਜੋ ਇਹਨਾਂ ਦਾ ਜੋ ਵਿਸ਼ਾ ਹੈ ਵਿਸ਼ਾ ਕਿਹੜਾ ਹੈ ਉਹ ਸਿੱਖ ਇਤਿਹਾਸ ਹੈ ਇਹਨਾਂ ਦੀ ਇਸ ਕਵਿਤਾ ਨੂੰ ਪੜ੍ਹਨ ਤੋਂ ਪਹਿਲੇ ਅਸੀਂ ਇਹਨਾਂ ਦੇ ਜੀਵਨ ਬਾਰੇ ਕੁਝ ਜਾਣਤੀ ਪਾਣਿਆ ਸਾਹਿਤ ਮਾਲਾ ਭਾਗ 9 ਵਿੱਚ ਲਿਖਿਆ ਹੈ ਨੰਦ ਲਾਲ ਨੌਰਪੁਰੀ ਜਨਮ ਅਯਾ 1906 1906 اور انتقال ਹੋਇਆ 1968 ਨੰਦ ਲਾਲ ਨੂਰਪੁਰ ਦਾ ਜਨਮ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਉਹਨਾਂ ਨੇ ਆਪਣਾ ਬਹੁਤਾ ਸਮਾਂ ਜਲੰਧਰ ਵਿੱਚ ਬਿਤਾਇਆ ਉਹ ਇੱਕ ਫੱਕਰ ਕਵੀ ਸਨ ਯਾਨੀ ਫਕੀਰਾਨਾ ਅੰਦਾਜ਼ ਦੇ ਬੇਫਿਕਰ ਇੱਕਦਮ ਯਾਨੀ ਮਸਤ ਕਵੀ ਸਨ ਉਹਨਾਂ ਨੇ ਬਹੁਤ ਸਾਰਾ ਲੋਕ ਕਾਵ ਰਚਿਆ ਉਹਨਾਂ ਦੇ ਕੁਝ ਗੀਤ ਬਹੁਤ ਮਸ਼ਹੂਰ ਹੈ ਜਿਵੇਂ ਇੱਥੋਂ ਉੱਡ ਜਾ ਭੋਲਿਆ ਪੰਛੀਆ ਜਾਂ ਚਮਚਮ ਰੱਖੋਨੀ ਕਲਗੀ ਜੀ ਜਾਰ ਦੀ ਕੰਨੂ ਵੀ ਪਿਪਲਾ ਖੜਖੜ ਲਈਏ ਇਹ ਜੋ ਗੀਤ ਨੇ ਇਹ ਬੜੇ ਹਰਮਨ ਪਿਆਰੇ ਨੇ ਆਨੰਦ ਲਾਲ ਨੂਰਪੁਰੀ ਜੀ ਦੇ ਇਹਨਾਂ ਦੀਆਂ ਬਹੁਤੀਆਂ ਗੋਤਾਵਾਂ ਪੰਜਾਬ ਬੋਲਿਆ ਨਾ ਹਿੱਟ ਛਪੀ ਕਿਤਾਬ ਵਿੱਚ ਦਰਜ ਨੇ ਔਰ ਜੋ ਅੱਜ ਸਿੱਖ ਕਵਤਾ ਕਰਨ ਜਾ ਰਹੇ ਆ ਉਹ ਸਿੱਖ ਇਤਿਹਾਸ ਦਾ ਇੱਕ ਅਨਿਖੜਵਾ ਅੰਗ ਹੈ ਬਹੁਤ ਯਾਦਗਾਰੀ ਪੰਨਾ ਹੈ ਬਹੁਤ ਯਾਦਗਾਰੀ ਖੂਨੀ ਪੰਨਾ ਹੈ ਜਿਸ ਵਿੱਚ ਮਾਤਾ ਗੁਜਰੀ ਜੀ ਆਪਣੇ ਦੋ ਛੋਟੇ ਪੋਤਿਆਂ ਨਾਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨਾਲ ਜਦੋਂ ਉਹ ਜਦੋਂ आनंदपुर ਦੇ ਕਿਲੇ ਵਿੱਚੋਂ ਨਿਕਲ ਕੇ ਸਰਸਾ ਪਾਰ ਕਰਕੇ ਇਹਨੇ ਭਿਆਨਕ ਮੌਸਮ ਵਿੱਚ ਉਤੋਂ ਜਿਹੜੀ ਹੈ ਬਾਰਿਸ਼ ਪੈਂਦੀ ਹੈ ਔਰ ਬਹੁਤ ਠੰਡ ਦਾ ਮੌਸਮ ਹੈ ਯਾਨੀ ਜੋ ਬਹੁਤ ਅਸਬ ਤੋਂ ਠੰਡਾ ਮਹੀਨਾ ਹੈ 21 22 23 24 25 26 ਇਹਨਾਂ ਦਿਨਾਂ ਵਿੱਚ ਦਸੰਬਰ ਦੇ ਮਹੀਨੇ ਵਿੱਚ ਉਹਨਾਂ ਨੇ ਆਨੰਦਪੁਰ ਦਾ ਕਿਲਾ ਛੱਡਿਆ ਚ ਚੜੀ ਹੋਈ ਬਾੜ ਵਿੱਚ ਜੋ ਭਰੀ ਹੋਈ ਨਦੀ ਸੀ ਪਾਣੀ ਦੀ ਭਰੀ ਹੋਈ ਜਿਸ ਵਿੱਚ ਹੜ ਆਇਆ ਹੋਇਆ ਸੀ ਉਸ ਨਦੀ ਨੂੰ ਨਿੱਕੇ-ਨਿੱਕੇ ਬਾਲਾਂ ਦੇ ਨਾਲ ਪਾਰ ਕੀਤਾ ਗੁਰੂ ਸਾਹਿਬ ਗੁਰੂ ਸਾਹਿਬ ਦੀ ਲਾਡਲੀ ਫੌਜ ਉਹ ਕਿਤੇ ਹੋਰ ਨਿਕਲ ਗਈ ਰੋਪੜ ਦੇ ਇਲਾਕੇ ਚ ਤੇ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਦੋ ਛੋਟੇ ਲਾਲ ਇੱਕ ਦੀ ਉਮਰ ਲਗਭਗ 7 ਸਾਲ ਇੱਕ ਦੀ ਉਮਰ ਲਗਭਗ 5 ਸਾਲ ਸਰਸੰਧ ਦੀ ਪਾਰ ਕਰਕੇ ਕੁੰਮੇ 마ਸ਼ਕੀ ਦੀ ਝੁੱਗੀ ਜਾ ਕੇ ਰਹਿੰਦੇ ਉੱਥੋਂ ਜੋ ਉਹਨਾਂ ਦਾ ਵਫਾਦਾਰ ਨੌਕਰ ਹੈ ਜੋ ਇਸੇ ਸਮੇਂ ਕਿਤਨੇ ਸਾਲ ਗੁਰੂ ਘਰ ਵਿੱਚ ਵਫਾਦਾਰੀ ਨਾਲ ਰਸੋਈਏ ਦਾ ਕੰਮ ਕੀਤਾ ਉਹ ਜੋ ਗੰਗੂ ਸੀ ਉਸਨੇ ਦਗਾ ਕਮਾਇਆ ਉਸਨੇ ਆਪਣੇ ਸਾਲਾਂ ਪੁਰਾਣੀ ਜੋ ਗੁਰੂ ਘਰ ਦੀ ਵਫਾਦਾਰੀ ਸੀ ਗੁਰੂ ਘਰ ਦਸਨੇ ਸੀਗਾ ਉਸ ਨੂੰ ਭੁਲਾ ਕੇ ਔਰ ਦਗਾ ਕੀਤਾ ਕੁਝ ਚੰਦ ਸਿੱਕਿਆਂ ਦੀ ਖਾਤਰ ਮੋਹਰਾਂ ਦੀ ਖਾਤਰ ਤੇ ਜਾ ਕੇ ਉਸਨੇ ਸ਼ਿਕਾਇਤ ਕਰ ਦਿੱਤੀ ਹੁਣ ਜਦੋਂ ਗੰਗੂ ਨੇ ਸ਼ਿਕਾਇਤ ਕੀਤੀ ਤਾਂ ਜੋ ਜਾਨੀ ਮਾਂ ਖਾਨੀ ਮਾਂ ਉਹ ਜੋ ਸਿਪਾਈ ਸੀ ਆਗੇ ਉਹਨਾਂ ਨੇ ਮਾਤਾ ਗੁਜਰੀ ਜੀ ਔਰ ਛੋਟੇ ਲਾਲਾ ਨੂੰ ਫੜ ਕੇ ਕੈਦ ਕਰ ਲਿਆ ਔਰ ਉਹਨਾਂ ਨੂੰ ਬੜੇ ਤਸੀਹੇ ਦੇ ਕੇ ਉਹ ਸਰਹੰਦ ਲੈ ਸਰਹੰਦ ਵਿੱਚ ਉਹਨਾਂ ਨਾਲ ਕੀ ਬੀਤੀ ਦਰਿਆ ਦਾ ਠੰਡਾ ਪਾਣੀ ਉਸ ਜੋ ਬੁਰਜ ਹੈ ਉਸ ਸਰਹੰਦੇ ਬੁਰਜ ਨੂੰ ਟਕਰਾਂਦਾ ਬਹੁਤ ਹੱਡਕੜਕਵੀਂ ਠੰਡ ਵਰਤਦੀ ਹੈ ਉੱਤੇ ਤੇ ਇਸ ਸਮੇਂ ਜੋ ਬੁੱਢੜੀ ਮਾਤਾ ਗੁਜਰੀ ਜੀ ਨੇ ਉਹ ਆਪਣੇ ਆਪਣੇ ਉਹਨਾਂ ਛੋਟੇ-ਛੋਟੇ ਬੱਚੇ ਨੂੰ ਆਪਣੇ ਸਰੀਰ ਦਾ ਨਿਗ ਦੇ ਕੇ ਜਿਹੜੇ ਨਾ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਛੋਟੇ ਬੱਚਿਆਂ ਦੇ ਵਿੱਚ ਜੋ ਜਜ਼ਬਾਤ ਨੇ ਉਹ ਆਪਣੇ ਪਿਤਾ ਵਾਲੇ ਭਰੇ ਨੇ ਇਸ ਕਰਕੇ ਉਹ ਉਹਨਾਂ ਵੀਰਾਂ ਦੀਆਂ ਕਹਾਣੀਆਂ ਸੁਣ-ਸੁਣ ਕੇ ਉਹ ਠੰਡੀ ਰਾਤ ਗੁਜ਼ਾਰਦੇ ਨੇ ਅਗਲੇ ਦਿਨ ਜੋ ਮਾਤਾ ਗੁਜਰੀ ਜੀ ਹੈ ਉਹਨਾਂ ਦੇ ਕੋਲੋਂ ਬੱਚਿਆਂ ਨੂੰ ਲਿਜਾ ਕੇ ਤੇ ਉਸ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਕਚਹਿਰੀ ਵਿੱਚ ਕਈ ਕੁਝ ਹੁੰਦਾ ਹੈ ਡਰਾਵੇ ਦਿੱਤੇ ਜਾਂਦੇ ਲਾਲੇ ਦਿੱਤੇ ਜਾਂਦੇ ਤੇ ਇਸ ਤਰ੍ਹਾਂ ਜੋ ਜਿੰਨਾ ਵੀ ਮਾਹੌਲ ਹੈ ਜਿੰਨਾ ਵੀ ਉਹਨਾਂ ਨੇ ਖੇੜ ਰਚੀ ਉਹ ਸਾਰੀ ਤੁਸੀਂ ਆਪ ਜਾਣਦੇ ਹੋ ਉਸ ਸਮੇਂ ਫਿਰ ਅਗਲੇ ਦਿਨ ਮਾਤਾ ਜੀ ਕੋਲ ਉਹ ਬੱਚੇ ਲੈ ਜਾ ਕੇ ਉਹਨਾਂ ਨੂੰ ਛੋਟੇ ਛੋਟੇ ਬੱਚਨ ਨੂੰ ਉਹਨਾਂ ਠੰਡੀਆਂ ਇੱਟਾਂ ਵਿੱਚ ਣ ਦਿੱਤਾ ਗਿਆ ਉਸ ਤੋਂ ਬਾਅਦ ਜੋ ਮਾਤਾ ਗੁਜਰੀ ਜੀ ਹੈ ਉਹ ਵੀ ਆਪਣੇ ਜਿਹੜੇ ਪ੍ਰਾਣਾ ਹੈ ਉਹ ਤਿਆਗ ਦਿੰਦੇ ਨੇ ਇਸ ਤਰ੍ਹਾਂ ਉਹਨਾਂ ਦੇ ਵੀ ਸ਼ਹੀਦੀ ਹੋ ਜਾਂਦੀ ਹੈ ਔਰ ਐਸੇ ਸਾਰੇ ਮਾਹੌਲ ਵਿੱਚ ਜੋ ਕਵੀ ਹੈ ਉਹ ਇੱਕ ਇਸ ਮਾਹੌਲ ਵਿੱਚ ਕਲਪਨਾ ਕਰਦਾ ਹੈ ਕਿ ਜੋ ਮਾਤਾ ਗੁਜਰੀ ਜੀ ਹੈ ਉਸ ਸ਼ਹੀਦੀ ਤੋਂ ਬਾਅਦ ਅੱਧੀ ਰਾਤ ਨੂੰ ਬੁਰਜ ਵਿੱਚ ਇਕੱਲੇ ਬੈਠੇ ਹੈ ਔਰ ਆਪਣੇ ਉਹਨਾਂ ਛੋਟੇ ਸ਼ਹੀਦਾਂ ਨੂੰ ਯਾਦ ਕਰਦੇ ਹੈ ਜਿਨ੍ਹਾਂ ਨੂੰ ਕਿ ਪਿਛਲੀ ਰਾਤ ਉਹ ਲੜ ਲੜਾਉਂਦੇ ਰਹੇ ਉਹ ਜੋ ਛੋਟੇ ਬੱਚੇ ਨੇ ਉਹਨਾਂ ਨੂੰ ਛੱਡ ਕੇ ਆਪਣੇ ਦਾਦਾ ਗੁਰਤੇਗ ਬਹਾਦਰ ਦੀ ਗੋਦ ਵਿੱਚ ਜਾ ਬਿਰਾਜੇ ਨੇ ਹੁਣ ਕਵੀ ਆਪਣੇ ਅਖਰਾਂ ਦੁਆਰਾ ਆਪਣੀ ਕਲਮ ਦੁਆਰਾ ਕਿਸ ਤਰ੍ਹਾਂ ਦਾ ਜੋ ਦ੍ਰਿਸ਼ ਕ੍ਰੀਏਟ ਕਰਦੇ ਨੇ ਦ੍ਰਿਸ਼ ਸਿਰਜਦੇ ਨੇ ਅਸੀਂ ਉਸ ਦੀ ਚਰਚਾ ਕਰਦੇ ਹਾਂ ਹੁਣ ਇਸ ਵਿੱਚ ਕਵੀ ਦੀ ਕਲਪਨਾ ਹੈ ਕਿਉਂਕਿ ਇਤਿਹਾਸ ਦੱਸਦਾ ਹੈ ਵੀ ਉਸੇ ਸਮੇਂ ਜਦੋਂ ਬੱਚਿਆਂ ਦੀ ਸ਼ਹੀਦੀ ਹੋਈ ਉਸ ਸਮੇਂ ਦਾਦੀ ਜੀ ਵੀ ਆਪਣੇ ਜੋ ਪ੍ਰਾਨ ਸੀ ਉਹ ਛੱਡ ਗਏ ਜਾਂ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਨੇ ਰਾਤ ਦਾ ਸਮੇਂ ਆਪਣੇ ਬੁਰਜੇ 'ਚ ਬੈਠੇ ਨੇ ਠੰਡਾ ਬੁਰਜਾ ਔਰ ਆਪਣੇ ਬੱਚਿਆਂ ਦੇ ਵਿਛੋੜੇ ਨੂੰ ਉਸ ਸਾਲ ਨੂੰ ਜਿਹੜਾ ਨਾ ਉਹ ਉਹ ਯਾਦ ਕਰਦੇ ਨੇ ਔਰ ਉਹਨਾਂ ਦੀਆਂ ਜੋ ਪੁਰਾਣੀਆਂ ਯਾਦਾਂ ਨੇ ਰਾਤ ਦੇ ਸੁਪਨੇ ਦੀ ਗੱਲ ਕਰਦੇ ਨੇ ਜਿਸ ਵਿੱਚ ਜੋ ਹੋਣੀ ਹੈ ਜੋ ਮਾੜੀ ਕਿਸਮਤ ਹੈ ਜੋ ਮੌਤ ਹੈ ਉਸ ਨੇ ਕਿਸ ਤਰ੍ਹਾਂ ਉਹਨਾਂ ਨੂੰ ਗੱਲਬਾਤ ਕਹੀ ਜਿਸ ਦੇ ਸਿੱਟੇ ਵਜੋਂ ਅੱਜ ਦਿਨੇ ਬੱਚੇ ਸ਼ਹੀਦ ਹੋ ਚੁੱਕੇ ਨੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਦੇਖੋ ਘੋੜੀਆਂ ਇੱਕ ਪਾਸੇ ਸ਼ਹੀਦੀ ਹੈ ਬੱਚੇ ਦੀ ਜਾਨ ਜਾ ਰਹੀ ਹੈ ਬੱਚੇ ਦੀ ਜਾਨ ਜਾ ਚੁੱਕੀ ਹੈ ਇੱਥੇ ਘੋੜੀ ਹੈ ਜਦੋਂ ਕਿ ਕਿਸੇ ਬੱਚੇ ਦੀ ਸ਼ਾਦੀ ਹੁੰਦੀ ਹੈ ਯਾਨੀ ਸਿੱਖ ਧਰਮ ਵਿੱਚ ਜੋ ਸ਼ਹੀਦੀ ਵੀ ਹੈ ਨਾ ਉਹ ਵੀ ਖੁਸ਼ੀਆਂ ਵਾਲੀ ਹੈ ਸ਼ਹੀਦੀ ਤੇ ਵੀ ਕਿਸੇ ਦੀ ਮੌਤ ਤੇ ਵੀ ਅਨੰਦ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ ਇਸ ਦਾ ਮਤਲਬ ਜੋ ਧਰਮ ਹੈ ਨਾ ਉਹ ਚੜ੍ਹਦੀ ਕਲਾ ਵਾਲਾ ਧਰਮ ਹੈ ਮੈਂ ਸਾਰੇ ਧਰਮ ਸਤਿਕਾਰਯੋਗ ਨੇ ਪਰੰਤੂ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਸ ਤਰ੍ਹਾਂ ਸੰਕਟ ਦੀ ਘੜੀ ਵਿੱਚ ਆਪਣੇ ਆਪ ਨੂੰ ਬਲਵਾਨ ਬਣਾ ਕੇ ਜੀਣਾ ਹੈ ਚੜ੍ਹਦੀ ਕਲਾ ਵਿੱਚ ਰਹਿ ਕੇ ਜੀਣਾ ਉਸ ਦਾ ਜੋ ਪਕਿਆਈ ਹੈ ਨਾ ਆਪਣੀ ਆਪਣੀ ਕੁਰਬਾਨੀ ਦੇ ਕੇ ਆਪਣੇ ਬੱਚਿਆਂ ਦੀ ਕੁਰਬਾਨੀ ਆਪਣੇ ਮਾਤਾ ਪਿਤਾ ਦੀ ਕੁਰਬਾਨੀ ਦੇ ਕੇ ਸਿਖਾ ਲਿਆ ਵੀ ਇੱਕ ਸਿੱਖ ਦਾ ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਤਨੇ ਵੀ ਕਸ਼ਟ ਨੇ ਜਿਤਨੇ ਵੀ ਅਸਹਾਇਤ ਸਥਿਤੀ ਆ ਜਾਵੇ ਪਰੰਤੂ ਡੋਲਣਾ ਨਹੀਂ ਭਾਣੇ ਵਿੱਚ ਰਹਿਣਾ ਨਾਮ ਦੇ ਆਸਰੇ ਰਹਿਣਾ ਔਰ ਸਭ ਦਾ ਭਲਾ ਮੰਗਣਾ ਵੀ ਐਸੀ ਹਾਲਤ ਜਦੋਂ ਕਿ ਜਾਨ ਤੇ ਬਣੀ ਹੋਵੇ ਐਸੇ ਸਮੇਂ ਵੀ ਸ਼ਾਂਤ ਰਹਿ ਕੇ ਸਭ ਦੇ ਭਲੇ ਦੀ ਮੰਗ ਕਰਨੀ ਇਹ ਕੋਈ ਬਹੁਤ ਉੱਚੀ ਖੇੜ ਹੈ ਲਓ ਜੀ ਅਸੀਂ ਮਾਤਾ ਗੁਜਰੀ ਜੀ ਦੇ ਉਸ ਰਾਤ ਬਾਰੇ ਦ੍ਰਿਸ਼ ਨੂੰ ਪੜਦੇ ਹਾਂ ਅੱਧੀ ਰਾਤੀ ਮਾਂ ਗੁਜ਼ਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਇੱਥੇ ਇੱਕ ਚੰਦ ਨਹੀਂ ਹੈ ਜਿਹੜਾ ਆਕਾਸ਼ ਵਿੱਚ ਹੈ ਇੱਥੇ ਦੋ ਚੰਦ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਮਰ ਲਗਭਗ 7 ਸਾਲ ਜਾਂ 9 ਸਾਲ ਕੋਈ ਕਹਿੰਦੇ ਜਾਂ 5 ਸਾਲ ਇਸ ਤਰ੍ਹਾਂ ਜੇ ਦੋਨੋਂ ਛੋਟੇ ਬੱਚੇ ਨੇ ਉਹਨਾਂ ਦੀ ਯਾਦ ਕਰੀ ਉਹਨਾਂ ਦੇ ਲਾੜਲੇ ਚਿਹਰਿਆਂ ਨੂੰ ਮਿੱਠੇ ਚਿਹਰਿਆਂ ਨੂੰ ਯਾਦ ਕਰਦੀ ਹੈ ਘੋੜੀਆਂ ਚੰਦਾਂ ਦੀਆਂ ਗਾਵੇ ਬੱਚੇ ਜਾ ਚੁੱਕੇ ਨੇ ਹੁਣ ਜਦੋਂ ਕਿਸੇ ਸ਼ਗਨਾਂ ਦਾ ਘਰ ਹੈ ਉਥੇ ਘੋੜੀਆਂ ਗਾਈਆਂ ਜਾਂਦ ਨੇ ਪਰ ਇੱਥੇ ਜਿਹੜੀ ਮਾਂ ਹੈ ਉਹ ਰੋ ਨਹੀਂ ਰਹੀ ਦਾਦੀ ਰੋ ਨਹੀਂ ਰਹੀ ਦਾਦੀ ਉਹਨਾਂ ਦੀ ਸ਼ਹਾਦਤ ਤੇ ਸ਼ੁਕਰਾਨਾ ਕਰ ਰਹੀ ਇਸ ਕਰਕੇ ਲਿਖਿਆ ਘੋੜੀਆਂ ਚੰਦਾਂ ਦੀਆਂ ਗਾਵੇ ਉਹ ਬੈਠੀ ਹੋਈ ਉਸ ਬੁਰਜ ਵਿੱਚ ਅੱਧੀ ਰਾਤ ਨੂੰ ਠੰਡੇ ਬੁਰਜ ਵਿੱਚ ਸਰਹੰਦ ਦੇ ਬੁਰਜ ਵਿੱਚ ਉਹਨਾਂ ਛੋਟੇ ਲਾਲਾਂ ਦੀਆਂ ਘੋੜੀਆਂ ਗਾਰੀ ਉਹ ਚੰਦਰਮਾ ਨਾਲ ਤੁਲਨਾ ਕੀਤੀ ਹੈ ਛੋਟੇ ਬੱਚਿਆਂ ਬਾਬਾ ਜ਼ੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਬਹੁਤ ਛੋਟੇ ਬੱਚੇ ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ ਉਹ ਜੋ ਮੇਰੀ ਅੱਖਾਂ ਦੇ ਤਾਰੇ ਸੀ ਇੱਥੇ ਅੱਖੀਆਂ ਦੇ ਤਾਰੇ ਦਾ ਇੱਕ ਮੁਹਾਵਰਾ ਹੈ ਯਾਨੀ ਬਹੁਤ ਪਿਆਰੇ ਜੋ ਮੈਨੂੰ ਬਹੁਤ ਪਿਆਰੇ ਸਹਿਬਜ਼ਾਦੇ ਸੀ ਛੋਟੇ ਬੱਚੇ ਵੈਸਾ ਚਾਰੇ ਸਹਿਬਜ਼ਾਦੇ ਸਾਰੇ ਉਹਨਾਂ ਨੂੰ ਪਿਆਰੇ ਸੀ ਪਰ ਉਹਨਾਂ ਦੀ ਗੋਦੀ ਵਿੱਚ ਖੇਡੇ ਸੀ ਜਿਆਦਾ ਸਮਾਂ ਦਿੱਤਾ ਸੀ ਔਰ ਇਸ ਸਮੇਂ ਸ਼ਹਾਦਤਾਂ ਦੇ ਸਮੇਂ ਵਿੱਚ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਸਨ ਇਸ ਕਰਕੇ ਉਹਨਾਂ ਦਾ ਬੜਾ ਸਨੇਹ ਹੈ ਉਹਨਾਂ ਛੋਟਿਆਂ ਬੱਚਿਆਂ ਨਾਲ ਅੱਖੀਆਂ ਦੇ ਤਾਰਿਆਂ ਦਾ ਇਹਨੇ ਮੇਰੇ ਬਹੁਤ ਪਿਆਰੇ लाडले ਜੋ ਸਹਿਬਜ਼ਾਦੇ ਨੇ ਮੈਨੂੰ ਚਾਨਣਾ ਨਜ਼ਰ ਨਾ ਆਵੇ ਕਿਉਂਕਿ ਉਹ ਸ਼ਹੀਦ ਹੋ ਚੁੱਕਿਆ ਹੈ ਉਹਨਾਂ ਨੂੰ ਸ਼ਹੀਦ ਕੀਤਾ ਜਾ ਚੁੱਕਾ ਬੜੀ ਬੇਰਹਿਮੀ ਨਾਲ ਤੇ ਹੁਣ ਉਹਨਾਂ ਦੇ ਮੁਖੜੇ ਉਹਨਾਂ ਦੇ ਚਿਹਰੇ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੀਆਂ ਗੱਲਾਂ ਉਹ ਮਾਤਕ ਗੁਜਰੀ ਜੀ ਨੂੰ ਨਜ਼ਰ ਨਹੀਂ ਆਉਂਦੀਆਂ ਇਸ ਕਰਕੇ ਉਹਨਾਂ ਨੂੰ ਯਾਦ ਕਰ ਰੇ ਚੇਤੇ ਕਰ ਲੈ ਹੁਣ ਉਹ ਕੱਲ ਦੀ ਗੱਲ ਕਰਦੇ ਨੇ ਨਹੀਂ ਕੱਲ ਜਦੋਂ ਸੌਣ ਲੱਗੀ ਜਦੋਂ ਹੁਣ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਕਿ ਜਦੋਂ ਮੈਂ ਕੱਲ ਸੌਣ ਲੱਗੀ ਸੀ ਨਾ ਯਾਨੀ ਜਦੋਂ ਮੇਰਾ ਨੀਂਦ ਦਾ ਸਮਾਂ ਸੀ ਮੇਰੇ ਕੋਲ ਹੀਰਿਆਂ ਦੀ ਜੋੜੀ ਕੱਲ ਰਾਤ ਦੀ ਗੱਲ ਹੈ ਜਦੋਂ ਮੈਂ ਸੌਣ ਲੱਗੀ ਸੀ ਤੇ ਉਹ ਜੋ ਹੀਰੇ ਸੀ ਹੀਰੇ ਕੌਣ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਬਹੁਤ ਅਨਮੋਲ ਹੀਰੇ ਸਿੱਖ ਪੰਥ ਦੇ ਬਹੁਤ ਅਨਮੋਲ ਹੀਰੇ ਜਿਨ੍ਹਾਂ ਦੇ ਉੱਤੇ ਸਿੱਖ ਪੰਥ ਦਾ ਜੋ ਵਿਕਸੀ ਉਹ ਨਿਰਭਰ ਕਰਦਾ ਸੀ ਐਸੇ ਜੋ ਕੀਮਤੀ ਹੀਰੇ ਸੀ ਉਹਨਾਂ ਦੀ ਜੋੜੀ ਯਾਨੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਦੋ ਸਾਬਜਾਂ ਦੀ ਜੋੜੀ ਸੀ ਉਹ ਮੇਰੇ ਕੋਲ ਸੀ ਜਦੋਂ ਰਾਤੀ ਅਸੀਂ ਸੌਣ ਲੱਗੇ ਸੀ ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂਗੀ ਲੋੜੀ ਲੋੜੀ ਦੋ ਸਮਿਆਂ ਤੇ ਵੰਡੀ ਜਾਂਦੀ ਹੈ ਇੱਕ ਸਮਾਂ ਜਦੋਂ ਬੱਚਾ ਪੈਦਾ ਹੁੰਦਾ ਉਹ ਤੇ 7 ਸਾਲ ਔਰ 5 ਸਾਲ ਦੇ ਨੇ ਜਾਂ ਕੋਈ 7 ਸਾਲ 9 ਸਾਲ ਦੇ ਆਖਦਾ ਉਹ ਮੈਨੂੰ ਐਗਜ਼ੈਕਟ ਨਹੀਂ ਪਤਾ ਪਰੰਤੂ ਮੈਂ ਦੱਸਣਾ ਚਾਹਨਾ ਜਨਮ ਤੇ ਉਹਨਾਂ ਦਾ ਹੋ ਚੁੱਕਿਆ ਹੈ ਖੁਸ਼ੀਆਂ ਹੋ ਚੁੱਕੀਆਂ ਨੇ ਪਰੰਤੂ ਹੁਣ ਜੋ ਦਾਦੀ ਹੈ ਦਾਦੀ ਦੇ ਮਨ ਵਿੱਚ ਬੱਚਿਆਂ ਦੀ ਸ਼ਾਦੀ ਦੀ ਜਿਹੜੀ ਹੈ ਉਹ ਖਿਆਲات ਹੋਰੀਆਂ ਪੁੰਗਰਦੀਆਂ ਨੇ ਇਸ ਕਰਕੇ ਉਹ ਕਹਿੰਦੀ ਵੀ ਜਦੋਂ ਮੇਰੇ ਬੱਚਿਆਂ ਦੀ ਸ਼ਾਦੀ ਹੋਏਗੀ ਨਾ ਇਹਨਾਂ ਸਾਹਿਬਜ਼ਾਦਿਆਂ ਦੀ ਤੇ ਮੈਂ ਆਪਣੇ ਹੱਥੀਂ ਖੁਸ਼ੀ ਨਾਲ ਲੋੜੀ ਵੰਡਾਂਗੇ ਪਿੰਡਿਆਂ ਤੇ ਹੱਥ ਪਿੰਡੇ ਦਾ ਮਤਲਬ ਸਰੀਰ ਉਹ ਜੋ ਛੋਟੇ ਛੋਟੇ ਬੱਚੇ ਨੇ ਐਨੀ ਠੰਡ ਹੈ ਮਾਤਾ 구ਜਰੀ ਜੀ ਜਿਹੜੇ ਬਜ਼ੁਰਗ ਨੇ ਔਰ ਆਪਣੀ ਗੋਦ ਬਿਠਾ ਕੇ ਆਪਣੇ ਨਾਲ ਲਾ ਕੇ ਉਹਨਾਂ ਦੇ ਪਿੰਡੇ ਤੇ ਹੱਥ ਫੇਰ ਕੇ ਉਹਨਾਂ ਨੂੰ ਜਿਹੜਾ ਪਿੰਡੇ ਨੂੰ ਸਰਦੀ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂਗੀ ਲੋੜੀ ਕਿ ਜਦੋਂ ਇਹ ਵੱਡੇ ਹੋਣਗੇ ਇਹਨਾਂ ਦੇ ਵਿਆਹ ਕਰਾਂਗੀ ਫਿਰ ਮੈਂ ਲੋੜੀ ਵੰਡਾਂਗੀ ਜਿੱਦਾਂ ਜੋ ਸ਼ਗਨਾ ਦੇ ਕਾਰ ਵਿਹਾਰ ਆਮ ਪੰਜਾਬੀ ਘਰਾਂ ਚ ਕੀਤੇ ਜਾਂਦੇ ਨੇ ਇਹ ਸਾਰੀ ਕਵੀ ਦੀ ਕਲਪਨਾ ਹੈ ਸਾਡੇ ਵਿੱਚ ਕੋਈ ਇਹ ਵੀ ਕਹਿ ਸਕਦਾ ਵਿ ਲੋੜੀ ਤੇ ਸਾਡੇ ਵਿੱਚ ਜਿਹੜੇ ਰਵਾਜ ਹੀ ਨਹੀਂ ਨਈ ਇਹ ਕਵਿ ਦੀ ਕਲਪਨਾ ਹੈ ਜੋ ਕਵਿ ਦੀ ਕਲਪਨਾ ਕਿੱਥੇ ਤੱਕ ਵੀ ਉਡਾਰੀ ਮਾਰ ਸਕਦੀ ਹੈ ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂਗੀ ਲੋੜੀ ਮੈਂ ਉਹਨਾਂ ਦੀ ਲੋੜੀ ਵੰਡਾਂਗੀ ਢਿੱਡ ਦਾ ਸੇਕ ਬੂਰਾ ਢਿੱਡ ਦਾ ਸੇਕ ਕਹਿੰਦੇ ਆ ਭੁੱਖ ਨੂੰ ਪਰ ਇਥੇ ਢਿੱਡ ਦਾ ਸੇਕ ਹੈ ਮਮਤਾ ਜਿਹੜਾ ਬੱਚਿਆਂ ਨੂੰ ਉਹਨਾਂ ਦੀਆਂ ਮਾਤਾਵਾਂ ਨੇ ਆਪਣੇ ਢਿੱਡੋਂ ਪੈਦਾ ਕੀਤਾ ਆਪਣੇ ਵਿੱਚੋਂ ਪੈਦਾ ਕੀਤਾ ਉਹਨਾਂ ਦੇ ਵਿਛੜਨ ਦਾ ਉਹਨਾਂ ਦੇ ਸ਼ਹੀਦ ਹੋ ਜਾਣ ਦਾ ਉਹਨਾਂ ਦੇ ਚਲੇ ਜਾਣ ਦਾ ਜੋ ਦੁੱਖ ਹੈ ਨਾ ਉਹ ਮਾਵਾਂ ਨੂੰ ਹੀ ਪਤਾ ਹੈ ਉਸ ਦੁੱਖ ਨੂੰ ਮਾਤਾ ਗੁਜਰੀ ਜੀ ਫੀਲ ਕਰ ਰਹੇ ਨੇ ਉਹ ਅਨੁਭਵ ਕਰ ਰਹੇ ਨੇ ਢਿੱਡ ਦਾ ਸੇਕ ਬੁਰਾ ਵੀ ਆਪਣੇ ਬੱਚਿਆਂ ਦੇ ਜੋ ਆਪਣੇ ਵਿੱਚੋਂ ਜਨਮ ਦਿੱਤਾ ਹੈ ਜਿਹਨਾਂ ਬੱਚਿਆਂ ਨੂੰ ਉਹਨਾਂ ਦੇ ਦੁੱਖਾਂ ਦਾ ਬਹੁਤ ਸੇਕ ਹੈ ਉਹਨਾਂ ਦੇ ਕਸ਼ਟਾਂ ਦਾ ਮਾਵਾਂ ਨੂੰ ਬਹੁਤ ਸੇਕ ਲੱਗਦਾ ਜੇਕਰ ਬੱਚਿਆਂ ਤੇ ਕੋਈ ਕਸ਼ਟ ਆਂਦਾ ਹੈ ਤੇ ਮਾਂ ਨੂੰ ਬਹੁਤ ਕਸ਼ਟ ਹੁੰਦਾ ਹੈ ਇਸ ਕਰਕੇ ਟਿੱਡ ਦਾ ਸੇਕ ਬੁਰਾ ਜਿਹੜੇ ਟਿੱਡ ਨੂੰ ਸੇਕ ਲੱਗਦਾ ਦੁੱਖ ਲੱਗਦਾ ਤਾਂ ਬਾਕੀ ਬਹੁਤ ਬੁਰੀ ਗੱਲ ਹੈ ਨਹੀਂ ਮੈਥੋਂ ਛੱਲਿਆ ਨਾ ਜਾਵੇ ਵੀ ਇਹ ਜੋ ਮੇਰੇ ਬੱਚੇ ਮੇਰੀਆਂ ਅੱਖਾਂ ਦੇ ਸਾਹਮਣੇ ਉਹਨਾਂ ਜ਼ਾਲਿਮਾਂ ਨੇ ਸ਼ਹੀਦ ਕਰਤੇ ਨੀਹਾਂ ਵੇਚਣ ਕੇ ਉਹਨਾਂ ਦੇ ਦੁੱਖ ਨੂੰ ਮੈਂ ਛੱਲ ਨਹੀਂ ਸਕਦੀ ਇੱਕ ਮਾਂ ਦੀ ਗੱਲ ਹੈ ਅੱਧੀ ਰਾਤੀ ਮਾਂ ਗੁਜ਼ਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਕਿਉਂ ਰਿਪੀਟ ਹੋਏ ਕਿਉਂਕਿ ਇਹ ਗੀਤ ਹੈ ਕਿਉਂਕਿ ਇਹ ਗਾਇਆ ਜਾਂਦਾ ਹੈ ਕਿਉਂਕਿ ਇਹ ਸਟੇਜੀ ਗੀਤ ਹੈ ਔਰ ਜੋ ਕਵੀ ਨੰਦ ਲਾਲ ਨੂਰਪੁਰੀ ਨੇ ਇਹ ਸਟੇਜੀ ਕਵੀ ਮਹਾਨ ਕਵੀ ਨੇ ਇਹਨਾਂ ਦੇ ਸਾਰੇ ਗੀਤ ਸਟੇਜਾਂ ਤੇ ਧਾਰਮਿਕ ਜੋ ਸਮਾਗਮ ਨੇ ਉਹਨਾਂ ਤੇ ਗਾਏ ਜਾਂਦੇ ਨੇ ਔਰ ਗਾਏ ਜਾਂਦੇ ਸੀ ਅਗਲੇ ਪੈਰੇ ਚ ਮਾਤਾ ਗੁਜਰੀ ਕਹਿੰਦੇ ਨੇ ਸੁਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ ਇੱਥੇ ਹੋਣੀ ਦਾ ਮਤਲਬ ਹੈ ਮਾੜੀ ਕਿਸਮਤ ਇੱਥੇ ਹੋਣੀ ਦਾ ਮਤਲਬ ਹੈ ਮੌਤ ਇੱਥੇ ਹੋਣੀ ਦਾ ਮਤਲਬ ਜੋ ਹੋਣ ਵਾਲਾ ਹੈ ਭਵਿੱਖ ਤੇ ਇਥੇ ਅਸੀਂ ਹੋਣੀ ਕਹਾਂਗੇ ਮੌਤ ਨੂੰ ਜਾਂ ਜੋ ਬੁਰਾ ਸਮਾਂ ਹੈ ਇਹ ਜੋ ਹੋਣੀ ਦਾ ਕਨਸੈਪਟ ਹੈ ਜਿੰਨੇ ਵੀ ਪੰਜਾਬ ਦੇ ਕਿਸੇ ਨੇ ਉਹਨਾਂ ਵਿੱਚ ਹੋਣੀ ਨੂੰ ਇੱਕ ਸੂਤਰ ਧਾਰ ਦੇ ਤੌਰ ਤੇ ਇੱਕ ਚੇਂਜਿੰਗ ਫੈਕਟਰ ਦੇ ਤੌਰ ਤੇ ਲੈ ਲੈਂਦਾ ਜਦੋਂ ਕਿਸੇ ਕਿਸੇ ਵਿੱਚ ਕਿਸੇ ਕਹਾਣੀ ਵਿੱਚ ਜਿਹੜਾ ਟਰਨ ਆਣਾ ਹੁੰਦਾ ਟਵਿਸਟ ਆਣਾ ਹੁੰਦਾ ਉਸ ਸਮੇਂ ਜਦੋਂ ਦੁਖਾਂਤ ਆਉਂਦਾ ਹੈ ਯਾਨੀ ਦੁੱਖ ਭਰਿਆ ਸਮਾਂ ਆਉਂਦਾ ਹੈ ਨਾ ਉਸ ਸਮੇਂ ਹੋਣੀ ਦੇ ਕਰੈਕਟਰ ਨੂੰ ਮੌਤ ਦੇ ਬਦਕਿਸਮਤ ਦੇ ਕਰੈਕਟਰ ਨੂੰ ਵਿੱਚ ਲਿਆ ਕੇ ਕਵੀ ਖੜਾ ਕਰ ਦਿੰਦੇ ਨੇ ਹੁਣ ਉਹੀ ਜੋ ਕਨਸੈਪਟ ਹੈ ਉਹ ਕਵੀ ਨੰਦ ਲਾਲ ਨੂਰਪੁਰੀ ਇੱਥੇ ਵਰਤਦੇ ਨੇ ਕਿ ਮਾਂ ਗੁਜਰੀ ਜੀ ਇਹ ਸੋਚਦੇ ਨੇ ਇਹ ਕਹਿੰਦੇ ਨੇ ਕਿ ਜੋ ਰਾਤੀ ਮੇਰਾ ਸੁਪਨਾ ਮੈਂ ਦੇਖਿਆ ਸੀ ਨਾ ਸੱਚ ਹੋ ਗਿਆ ਕਿਉਂਕਿ ਜੋ ਹੋਣੀ ਸੀ ਉਹਨੇ ਮੇਰੇ ਨਾਲ ਝਗੜਾ ਕੀਤਾ ਕਿ ਹੋਣੀ ਨੂੰ ਸੁਪਨੇ ਵਿੱਚ ਜਾਂ ਆਮਣੇ ਸਾਹਮਣੇ ਦਿਖਾਣਾ ਇਹ ਕਵੀਆਂ ਦੀ ਬੜੀ ਪੁਰਾਣੀ ਜੁਗਤ ਹੈ ਬੜਾ ਪੁਰਾਣਾ ਸਟਾਈਲ ਹੈ ਤੇ ਇੱਥੇ ਲਿਖਿਆ ਵੀ ਮੇਰੇ ਨਾਲ ਜੋ ਹੋਣੀ ਸੀ ਜੋ ਮੋਤੀਓ ਲੜ ਪਈ ਉਹ ਕਹਿੰਦੀ ਹੈ ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਗਾਉਣੀ ਜੋ ਤੇਰੇ ਪਿਆਰੇ ਸਾਹਿਬਜ਼ਾਦੇ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮੈਂ ਛੱਡਣਾ ਨਹੀਂ ਇਹਨਾਂ ਨੂੰ ਮੈਂ ਸ਼ਹੀਦ ਕਰ ਦੇਣਾ ਕਿਸ ਤਰ੍ਹਾਂ ਇੱਟ ਉੱਤੇ ਇੱਟ ਰੱਖ ਕੇ ਇਹਨਾਂ ਹੀਰਿਆਂ ਦੀ ਮੈਂ ਚਮਕ ਲਗਾ ਦੇਣੀ ਹੈ ਜੋ ਤੈਨੂੰ ਬਹੁਤ ਪਿਆਰੇ ਲੱਗਦੇ ਹਨ ਨਾ ਇਹਨਾਂ ਨੂੰ ਮੈਂ ਮਾਰ ਛੱਡਣਾ ਇਸ ਤਰ੍ਹਾਂ ਹੋਣੀ ਨੇ ਚੈਲੰਜ ਕੀਤਾ ਇਟ ਉਤੇ ਇਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਕਾਉਣੀ ਮੈਂ ਤੇਰੇ ਇਹ ਜੋ ਪਿਆਰੇ ਹੀਰੇ ਤੇ ਪਿਆਰੇ ਪੁੱਤਰੇ ਨੇ ਇਹਨਾਂ ਦੀ ਮੈਂ ਚਮਕ ਇਹਨਾਂ ਦਾ ਜੀਵਨ ਹੀ ਖਤਮ ਕਰ ਦਿਆਂਗੀ ਨੀ ਛਾਤੀ ਨਾਲ ਮੈਂ ਲਾ ਲਏ ਜਾਂ ਉਛਲੀ ਭਰਨ ਕਲਾਵੇ ਜਦੋਂ ਮੌਤ ਮੇਰੇ ਪੋਤਿਆਂ ਨੂੰ ਪਕੜਨ ਲਈ ਉਛਲੀ ਨਾ ਉਦੋਂ ਮੈਂ ਉਹਨਾਂ ਬੱਚਿਆਂ ਨੂੰ ਆਪਣੀ ਛਾਤੀ ਨਾਲ ਲਗਾ ਕੇ ਉਸ ਹੋਣੀ ਤੋਂ ਬਚਾ ਲਿਆ ਸੁਪਨੇ ਵਿੱਚ ਜੋ ਹੋਣੀ ਦਾ ਉਹ ਚੈਲੰਜ ਸੀ ਜੋ ਹੋਣੀ ਦੀ ਉਹ ਗੱਲ ਸੀ ਉਹ ਅੱਜ ਸਵੇਰੇ ਪੂਰੀ ਹੋ ਗਈ ਫਿਰ ਉਹੀ ਸਥਾਈ ਹੈ ਵੀ ਅੱਧੀ ਰਾਤ ਮਾਂ ਗੁਜ਼ਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਇੱਥੇ ਦੋ ਚੰਦਰਮਾ ਦੀ ਗੱਲ ਹੈ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਲਾਸਟ ਵਾਰਾ ਇਸ ਪੁਸਤਕ ਦੇ ਹਿਸਾਬ ਨਾਲ ਇੱਕ ਦਿਨ ਪੁੱਛਦੇ ਸੀ ਫਿਰ ਇਹ ਪੁਰਾਣੀ ਗੱਲ ਕਦੇ ਜੋ ਪੋਤੇ ਸੀ ਦਾਦੀ ਨੂੰ ਬੈਠ ਕੇ ਪੁੱਛ ਰਹੇ ਸੀ ਕਿਹੜੀ ਗੱਲ ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਦੇ ਕੋਲ ਕਦ ਜਾਣਾ ਪਿਤਾ ਜੀ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜੇ ਸੀ ਅਨੰਦਪੁਰ ਦੇ ਕਿਲੇ ਵਿੱਚੋਂ ਜਦੋਂ ਨੌਪੋ ਮੇਰੀ ਖਿਆਲ ਸ਼ਾਇਦ ਨੌਪੋ ਨੂੰ ਕਿਲਾ ਛੱਡਿਆ ਸੀ ਉਸ ਤੋਂ ਬਾਅਦ ਪਿਤਾ ਜੀ ਦੇ ਦਰਸ਼ਨ ਨਹੀਂ ਹੋ ਪਏ ਸੀ ਉਸ ਤੋਂ ਬਾਅਦ ਸਾਰੀਆਂ ਜੰਗਾਂ ਵੀ ਹੋਈਆਂ ਉਸ ਕੁੰਮੋ ਮਾਸ਼ਕੀ ਦੀ ਝੁੱਗੀ ਵਿੱਚ ਠਹਰੇ ਫਿਰ ਉਸ ਤੋਂ ਬਾਅਦ ਮੁਰੰਡੇ ਦੀ ਜੇਲ੍ਹ ਵਿੱਚ ਵੀ ਆ ਗਏ ਉਸ ਤੋਂ ਬਾਅਦ ਜਿਹੜਾ ਸੀ ਨਾ ਉਸ ਤੋਂ ਪਹਿਲੇ ਜਿਹੜਾ ਗੰਗੂ ਸੀਗਾ ਉਸ ਦੀ ਉਸੇ ਘਰ ਰਹੇ ਸਾਰਾ ਜਣਾ ਕਟਨਾ ਕਰਮ ਹੋਇਆ ਉਦੋਂ ਤੇ ਇੱਕ ਦਿਨ ਉਹ ਬੈਠ ਕੇ ਪੁੱਛ ਰਹੇ ਸੀ ਦਾਦੀ ਪਿਤਾ ਜੀ ਦੇ ਕੋਲ ਕੱਜਣਾ ਕਿਉਂਕਿ ਬੜੇ ਦਿਨ ਹੋ ਗਏ ਦਰਸ਼ਨ ਨਹੀਂ ਹੋਏ ਪਿਤਾ ਜੀ ਨੂੰ ਪਿਆਰ ਕੀਤੇ ਆ ਮਿਲਿਆ ਬਹੁਤ ਦਿਨ ਹੋ ਗਏ ਇਸ ਕਰਕੇ ਪੁੱਛਦੇ ਸੀ ਵੀ ਹੁਣ ਕਦੋਂ ਜਾਵਾਂਗੇ ਬੱਚਿਆਂ ਨੂੰ ਕੀ ਪਤਾ ਵੀ ਜੋ ਸਮਾ ਹੈ ਇਹ ਬਹੁਤ ਬਹੁਤ ਭਿਆਨਕ ਸਮਾ ਚੱਲ ਰਿਹਾ ਹੈ ਜੋ ਫੌਜੀ ਨੇ ਜੋ ਸਿਪਾਈ ਨੇ ਉਹ ਬਾਰ ਗੁਰੂ ਸਾਹਿਬ ਦੇ ਪਰਿਵਾਰ ਨੂੰ ਟੋਲਦੇ ਫਿਰਦੇ ਨੇ ਸ਼ਹੀਦ ਕਰਨ ਲਈ ਪਕੜ ਲਈ ਟੋਲਦੇ ਫਿਰਦੇ ਨੇ ਤੇ ਉਹ ਪੁੱਛਦੇ ਸੀ ਵੀ ਅਸੀਂ ਪਿਤਾ ਜੀ ਨੂੰ ਕਦੋਂ ਮਿਲਾਂਗੇ ਐਤ ਕੀ ਤਾਂ ਰੱਜ ਰੱਜ ਕੇ ਅਸੀਂ ਹਾਸ ਹਾਸ ਗੱਲ ਲੱਗ ਜਾਣਾ ਬੱਚੇ ਨੇ ਬੜੇ ਦਿਨ ਹੋ ਗਏ ਆਪਣੇ ਪਿਤਾ ਨੂੰ ਮਿਲਿਆ ਔਰ ਪਿਤਾ ਬਹੁਤ ਪਿਆਰ ਕਰਦੇ ਨੇ ਆਪਣੇ ਲਾਲਾ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੈ ਜੋ ਮੇਰੇ ਲਾਲ ਨੇ ਇਹ ਵਿਲੱਖਣ ਨੇ ਵਿਸ਼ੇਸ਼ ਨੇ ਇਹਨਾਂ ਨੇ ਆਪਣੀਆਂ ਸ਼ਹਾਦਤਾਂ ਦੇਣੀਆਂ ਨੇ ਇਸ ਧਰਮ ਦੀ ਖਾਤਰ ਇਸ ਦੇਸ਼ ਦੀ ਖਾਤਰ ਤੇ ਹੁਣ ਅਸੀਂ ਜਦੋਂ ਪਿਤਾ ਜੀ ਨੂੰ ਮਿਲਾਂਗੇ ਉਹਨਾਂ ਨੂੰ ਰੱਜ ਰੱਜ ਕੇ ਪਿਆਰ ਕਰਾਂਗੇ ਉਹਨਾਂ ਦੇ ਹੱਥ ਹੱਸ ਕੇ ਗਲੇ ਲੱਗਾਂਗੇ ਇਹ ਜੋ ਗੱਲਾਂ ਨੇ ਇਹ ਮਾਤਾ ਗੁਜਰੀ ਜੀ ਆਪਣੇ ਉਹਨਾਂ ਪੋਤਿਆਂ ਦੀਆਂ ਯਾਦ ਕਰਦੇ ਨੇ ਆਖਰੀ ਲੈਣਾ ਇੱਕ ਇੱਕ ਬੋਲ ਚੰਦਰਾ ਇੱਥੇ ਚੰਦਰਾ ਕਹਿੰਦੇ ਬੁਰੇ ਨੂੰ ਇਹ ਇੱਕ ਮੁਹਾਵਰਾ ਪੰਜਾਬੀ ਦਾ ਇੱਕ 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 ਬੋਲਾ ਹੈ ਬੋਲਾ ਦਾ ਮਤਲਬ ਇੱਕ ਇੱਕ ਆਮ ਜੀ ਗੱਲ ਹੈ ਵੀ ਉਹਨਾਂ ਦਾ ਜੋ ਇੱਕ ਇੱਕ ਬੋਲ ਸੀ ਨਾ ਨੀ ਮੇਰੇ ਧੂ ਕਾਲਜੇ ਨੂੰ ਪਾਵੇ ਹੁਣ ਮੈਨੂੰ ਯਾਦ ਆਉਂਦਾ ਕਿਉਂਕਿ ਅੱਜ ਦਿਨੇ ਮੇਰੇ ਬੱਚਿਆਂ ਦੀ ਪੋਤਿਆਂ ਦੀ ਸ਼ਹੀਦੀ ਹੋ ਚੁੱਕੀ ਹੈ ਉਹ ਆਪਣੇ ਦਾਦੇ ਦੀ ਗੋਦੀ ਜਾ ਕੇ ਵਿਰਾਜ ਗਏ ਨੇ ਔਰ ਮੈਂ ਰਾਤ ਦੇ ਸਮੇਂ ਬੈਠੀ ਆਪਣੇ ਬੱਚਿਆਂ ਨੂੰ ਯਾਦ ਕਰ ਰਹੀ ਆ ਇਸ ਤਰ੍ਹਾਂ ਦਾ ਜੋ ਮਾਹੌਲ ਹੈ ਕਵੀ ਨੰਦ ਲਾਲ ਨੂਰਪੁਰੀ ਇਸ ਕਵਿਤਾ ਇਸ ਸਰੇਜਦਾ ਜੋ ਸਾਡੇ ਖਿਆਲਾਂ ਨੂੰ ਸਾਡੇ ਮਨ ਨੂੰ ਇੱਕਦਮ ਝੰਡੋੜ ਕੇ ਰੱਖ ਦਿੰਦਾ ਹੈ ਅਸੀਂ ਆਸ ਕਰਦੇ ਹਾਂ ਕਿ ਅਸੀਂ ਗੁਰੂ ਸਾਹਿਬ ਦੇ ਉਹਨਾਂ ਪਾਏ ਹੋਏ ਪੂਰਨਿਆਂ ਤੇ ਉਹਨਾਂ ਕਦਮਾਂ ਤੇ ਚੱਲ ਸਕੀਏ ਉਹਨਾਂ ਦੇ ਉਪਦੇਸ਼ਾਂ ਨੂੰ ਅਪਣਾ ਸਕੀਏ ਲੋ ਜੀ ਹੁਣ ਅਸੀਂ ਪ੍ਰਸ਼ਨ ਉੱਤਰ ਕਰਦੇ ਹਾਂ ਸਾਹਿਤਮਾਲਾ ਭਾਗ ਨੂੰ ਪੰਨਾ ਨੰਬਰ 49 49 ਵਿੱਚ ਪਹਿਲਾ ਪ੍ਰਸ਼ਨ ਹੈ ਮਾਤਾ ਗੁਜਰੀ ਜੀ ਕਵਿਤਾ ਦਾ ਕੇਂਦਰੀ ਭਾਵ ਲਿਖੋ ਜਿਵੇਂ ਅਸੀਂ ਪਹਿਲੇ ਕੀਤਾ ਕਵਿਤਾ ਮਾਤਾ ਗੁਜਰੀ ਜੀ ਸਾਡੀ ਪਾਠ ਪੁਸਤਵੀ ਦਰਜ ਨੰਦ ਲਾਲ ਨੂਰਪੁਰੀ ਦਾ ਰਚਿਆ ਇੱਕ ਗੀਤ ਹੈ ਜਿਸ ਵਿੱਚ ਕਵੀ ਆਪਣੀ ਕਲਪਨਾ ਰਾਹੀਂ ਐਸੇ ਸਮੇਂ ਨੂੰ ਯਾਦ ਕਰਦਾ ਹੈ ਜਦੋਂ ਮਾਤਾ ਗੁਜਰੀ ਜੀ ਦਿਨੇ ਛੋਟੇ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਬੁਰਜ ਵਿੱਚ ਬੈਠ ਕੇ ਉਹਨਾਂ ਬੱਚਿਆਂ ਨੂੰ ਯਾਦ ਕਰ ਰਹੇ ਨੇ ਉਹਨਾਂ ਦੀਆਂ ਗੱਲਾਂ ਯਾਦ ਕਰਕੇ ਉਹਨਾਂ ਦੇ ਵਿਛੋੜੇ ਨੂੰ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਉਹ ਆਪਣੇ ਮਨ 'ਚ ਵਸਾ ਰਹੇ ਨੇ ਕਵਿਤਾ ਦਾ ਕੇਂਦਰੀ ਭਾਵ ਹੈ ਕਿ ਆਪਣੇ ਪੋਤਿਆਂ ਨੂੰ ਬਹੁਤ ਪਿਆਰ ਕਰਨ ਵਾਲੀ ਦਾਦੀ ਮਾਂ ਆਪਣੇ ਪੋਤਿਆਂ ਦੀ ਸ਼ਹਾਦਤ ਤੇ ਮਾਣ ਮਹਿਸੂਸ ਕਰਦੀ ਹੈ ਔਰ ਉਹਨਾਂ ਦੀਆਂ ਹੋਈਆਂ ਅਤੀਤ ਦੀਆਂ ਗੱਲਾਂ ਨੂੰ ਚੇਤੇ ਕਰਕੇ ਉਹ ਉਸ ਰਾਤ ਦੇ ਸਮੇਂ ਨੂੰ ਸਫਲਾ ਕਰ ਰਹੇ ਨੇ ਔਰ ਆਪਣੀ ਸ਼ਹੀਦੀ ਦੀ ਤਿਆਰੀ ਕਰ ਰਹੇ ਨੇ ਹੁਣ 6ਵਾਂ ਪ੍ਰਸ਼ਨ ਹੈ ਇਸ ਕਵਿਤਾ ਬਾਰੇ ਵੀ ਹੇਠ ਲਿਖੇ ਕਹਾ ਟੋਟਣ ਦੀ ਪ੍ਰਸੰਗਿਤ ਵਿਆਖਿਆ ਕਰੋ ਇੱਕ ਦਿਨ ਪੁੱਛ ਜੇ ਸੀ ਦਾਦੀ ਪਿਤਾ ਜੀ ਦੇ ਕੋਲ ਕਦ ਜਾਣਾ ਇਹ ਵਾਲਾ ਪੈਰਾ ਲਾਸਟ ਵਾਲਾ ਪੈਰਾ ਹੁਣ ਇਹਨੂੰ ਤੁਸੀਂ ਲਿਖਦੇ ਹੋ ਜਾਂ ਡਾਟ ਡਾਟ ਪਾਉਂਦੇ ਹੋ ਜਾਂ ਇਸ਼ਾਰਾ ਮਾਤਰ ਪਾਉਂਦੇ ਹੋ ਪਹਿਲੇ ਲਿਖੋਗੇ ਪ੍ਰਸੰਗ ਇਹ ਕਾਫ 17 ਸਾਡੀ ਪਾਠ ਪੁਸਤਕ ਸਾਹਿਤ ਮਲਾ ਭਾਗ 9 ਦੇ ਕਵਿਤਾ ਮਾਤਾ ਗੁਜਰੀ ਜੀ ਵਿੱਚੋਂ ਲਈਆਂ ਗਈਆਂ ਜਿਸ ਦੇ ਰਚਨਾਕਾਰ ਜਾਂ ਕਵੀ ਨੰਦ ਲਾਲ ਨੂਰਪੁਰੀ ਨੇ ਜਿਸ ਵਿੱਚ ਉਹ ਦੱਸਦੇ ਹਨ ਕਿ ਛੋਟੇ ਸਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਗੱਲਬਾਤ ਕਰ ਰਹੇ ਨੇ ਉਸ ਤੋਂ ਬਾਅਦ ਅਸੀਂ ਨਵੀਂ ਲਾਈਨ ਲਿਖਾਂਗੇ ਵਿਆਖਿਆ ਲਿਖਾਂਗੇ ਅੰਡਰਲਾਈਨ ਕਰਾਂਗੇ ਡੈਸ਼ ਪਾਵਾਂਗੇ ਫਿਰ ਲਿਖਾਂਗੇ ਇਹਨਾਂ 17 ਵਿੱਚ ਕਵੀ ਆਖਦਾ ਹੈ ਮਾਤਾ ਗੁਜਰੀ ਜੀ ਉਸ ਸਮੇਂ ਨੂੰ ਯਾਦ ਕਰਦੇ ਨੇ ਜਦੋਂ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਇੱਕ ਦਿਨ ਛੋਟੇ ਬੱਚਿਆਂ ਨੇ ਆਪਣੀ ਦਾਦੀ ਕੋਲ ਪੁੱਛਿਆ ਵੀ ਹੁਣ ਅਸੀਂ ਆਪਣੇ ਪਿਤਾ ਗੁਰਗੋਬਿੰਦ ਸਿੰਘ ਜੀ ਨੂੰ ਕਦੋਂ ਜਾ ਕੇ ਮਿਲਾਂਗੇ ਕਿਉਂਕਿ ਉਹਨਾਂ ਨੂੰ ਮਿਲਿਆ ਉਹਨਾਂ ਦੇ ਦਰਸ਼ਨ ਕੀਤੇ ਬਹੁਤ ਦਿਨ ਹੋ ਗਏ ਨੇ ਹੁਣ ਜਦੋਂ ਅਸੀਂ ਉਹਨਾਂ ਨੂੰ ਮਿਲਾਂਗੇ ਤਾਂ ਅਸੀਂ ਰੱਜ ਰੱਜ ਕੇ ਗੱਲਾਂ ਕਰਾਂਗੇ ਔਰ ਉਹਨਾਂ ਦੇ ਗਲੇ ਲੱਗ ਲੱਗ ਕੇ ਬਹੁਤ ਹੱਸਾਂਗੇ ਹੁਣ ਅਸੀਂ ਕੁਝ ਸੰਖੇਪ ਪ੍ਰਸ਼ਨ ਕਰਦੇ ਹਾਂ ਐਮਸੀਕਿਊ ਚ ਵੀ ਆ ਸਕਦੇ ਬਹੁ ਵਿਕਲਪੀ ਪ੍ਰਸ਼ਨਾਂ ਚ ਔਰ ਇਸ ਤਰ੍ਹਾਂ ਵੀ ਪੁੱਛੇ ਜਾ ਸਕਦੇ ਨੇ ਪ੍ਰਸ਼ਨ ਉਹ ਪਹਿਲਾ ਇਸ ਤਰ੍ਹਾਂ ਹੋਏਗਾ ਕਿ ਕਵਿਤਾ ਮਾਤਾ ਗੁਜਰੀ ਜੀ ਕਿਸ ਕਵੀ ਦੀ ਲਿਖੀ ਹੈ ਨੰਦਰਾ ਨੂਰਪੁਰੀ ਇਹ ਵੀ ਇਦਾਂ ਵੀ ਆ ਸਕਦਾ ਹੈ ਨੰਦ ਲਾਲ ਨੂਰਪੁਰੀ ਦੀ ਲਿਖੀ ਕਿਹੜੀ ਕਵਿਤਾ ਤੁਹਾਡੀ ਪੁਸਤਕ ਵਿੱਚ ਹੈ ਮਾਤਾ ਗੁਜਰੀ ਜੀ ਇਸ ਵਿੱਚ ਕਿਹੜੇ ਸਮੇ ਨੂੰ ਯਾਦ ਕੀਤਾ ਗਿਆ ਹੈ ਇਸ ਵਿੱਚ ਛੋਟੇ ਸਹਿਬਜ਼ਾਦੇ ਦੀ ਸ਼ਹਾਦਤ ਵਾਲੇ ਦਿਨ ਨੂੰ ਪੇਸ਼ ਕੀਤਾ ਗਿਆ ਇਸ ਵਿੱਚ ਮਾਤਾ ਗੁਜਰੀ ਜੀ ਕਿਸ ਨੂੰ ਯਾਦ ਕਰ ਰਹੇ ਨੇ ਆਪਣੇ ਛੋਟੇ ਪੋਤੇਆਂ ਯਾਨੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਯਾਦ ਕਰ ਰਹੇ ਨੇ ਅੱਖੀਆਂ ਦੇ ਤਾਰੇ ਕਿਸ ਨੂੰ ਕਿਹਾ ਸਾਬਜਾਦਿਆਂ ਨੂੰ ਹੀਰਿਆਂ ਦੀ ਜੋੜੀ ਕਿਸ ਨੂੰ ਕਿਹਾ ਸਾਬਜਾਦਿਆਂ ਨੂੰ ਕਿਸ ਦੀ ਲੋੜੀ ਵੰਡਣੀ ਹੈ ਸਾਬਜਾਦਿਆਂ ਦੀ ਲੋੜੀ ਕਿਉਂ ਵੰਡਣੀ ਹੈ ਕਿਉਂਕਿ ਮਾਤਾ ਜੀ ਦੇ ਮਨ ਵਿੱਚ ਉਹਨਾਂ ਛੋਟੇ ਬੱਚਿਆਂ ਦੀ ਕਿਸੇ ਸਮੇਂ ਵਿਆਹ ਕਰਨ ਦੀ ਰੀਜ ਹੈ ਤਾਂ ਜੋ ਉਸ ਵਿਆਹ ਤੋਂ ਬਾਅਦ ਉਹਨਾਂ ਦੀ ਲੋੜੀ ਵੰਡ ਕੇ ਖੁਸ਼ੀ ਮਨਾ ਸਕਣ ਮਾਤਾ ਗੁਜ਼ਰੀ ਜੀ ਨੂੰ ਸੁਪਨੇ ਵਿੱਚ ਕੀ ਨਜ਼ਰ ਆਈ ਅਥੇ ਲਿਖਾਂਗੇ ਹੌਣੀ ਜਾਂ ਮੌਤ ਹੋਣੀ ਨੇ ਕੀ ਐਲਾਨ ਕੀਤਾ ਹੋਣੀ ਨੇ ਮਾਤਾ ਗੁਜਰੀ ਜੀ ਨੂੰ ਇਹ ਵੰਗਾਰ ਪਾਈ ਕਿ ਮੈਂ ਤੇਰੇ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨਾ ਹੈ ਮਾਤਾ ਗੁਜਰੀ ਜੀ ਕਿਸ ਨੂੰ ਯਾਦ ਕਰ ਰਹੇ ਨੇ ਛੋਟੇ ਸਾਹਿਬ ਜਦਿਆਂ ਨੂੰ ਜਾਂ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਮਾਤਾ ਗੁਜਰੀ ਜੀ ਕਿਸ ਦੀ ਯਾਦ ਵਿੱਚ ਉਦਾਸ ਬੈਠੇ ਨੇ ਪਰ ਉਦਾਸ ਸ਼ਬਦ ਮਾਤਾ ਗੁਜਰੀ ਜੀ ਦੇ ਉੱਚ ਚਰਿੱਤਰ ਤੇ ਠੀਕ ਟੁਕਦਾ ਨਹੀਂ ਹਾਂ ਪ੍ਰਸ਼ਨ ਜੋ ਪ੍ਰਸ਼ਨ ਪੱਤਰ 'ਚ ਕਿਸੇ ਤਰੀਕੇ ਨਾਲ ਆ ਸਕਦਾ ਤੇ ਉੱਤਰੋ ਹੀ ਆਏਗਾ ਕਿ ਛੋਟੇ ਸਾਹਿਬ ਜਦਿਆਂ ਨੂੰ ਯਾਦ ਕਰ ਰਹੇ ਨੇ ਛੋਟੇ ਸਾਬਜਦਾਂ ਦੇ ਦਾਦਾ ਜੀ ਕੌਣ ਸਨ ਤੇ ਲਿਖਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਜਾਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਛੋਟੇ ਸਾਬਜਦਾਂ ਦੇ ਪਿਤਾ ਜੀ ਕੌਣ ਸਨ ਤੇ ਅਸੀਂ ਲਿਖਾਂਗੇ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਬਜਦਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਨੀਹਾ ਵਿਚਣ ਕੇ ਕਿਸ ਨੇ ਸ਼ਹੀਦ ਕੀਤਾ ਵਜ਼ੀਰਖਾਨ ਨੇ ਕਿਹੜੀ ਜਗ੍ਹਾ ਤੇ ਸ਼ਹੀਦ ਕੀਤਾ ਸਰਹੰਦ ਸ਼ਹਿਰ ਵਿੱਚ ਮਾਤਾ ਗੁਜਰੀ ਜੀ ਕਿਹਨਾ ਚੰਦਾਂ ਦੀਆਂ ਘੋੜੀਆਂ ਗਾਰੇ ਸਨ ਤੇ ਉਹ ਚੰ드ਰਮਾ ਨੇ ਛੋਟੇ ਸਾਹਿਬ ਜੀ ਦੇ ਇਸ ਤਰ੍ਹਾਂ ਬੈਂਡ ਕੁਐਸਚਨ ਹੋਰ ਹੋ ਸਕਦੇ ਨੇ ਤੁਸੀਂ ਆਪਣੇ ਵੱਲੋਂ ਯਤਨ ਕਰਕੇ ਤੇ ਇਸ ਤਰ੍ਹਾਂ ਦੇ ਪ੍ਰਸ਼ਨ ਬਣਾ ਕੇ ਤੇ ਪ੍ਰੈਕਟਿਸ ਕਰ ਸਕਦੇ ਹੋ ਅਭਿਆਸ ਕਰ ਸਕਦੇ ਹੋ ਇਸ ਸਮੇਂ ਇਜਾਜ਼ਤ ਦਿਓ ਤੁਹਾਨੂੰ ਇਹ ਕਵਿਤਾ ਕਵਿਤਾ ਦਾ ਵਰਣਨ ਕਿਸ ਤਰ੍ਹਾਂ ਲੱਗਾ ਜਰੂਰ ਮੇਰੇ ਨਾਲ ਕਮੈਂਟ ਬਾਕਸ ਵਿੱਚ ਸ਼ੇਅਰ ਕਰਨਾ ਹੁਣ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਜੇਕਰ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ